ਭੂਰਿਆਂ ਵਾਲੇ ਰਾਜੇ ਕੀਤੇ ਭਾਗ ਦਸਵਾਂ। ਬੰਦਾ ਸਿੰਘ ਫਿਰ ਮੈਦਾਨ ਵਿੱਚ ਪ੍ਰਗਟ ਹੋਇਆ। ਬਹਿਰਾਮਪੁਰ, ਰਾਏਪੁਰ ਅਤੇ ਬਟਾਲੇ ਦੀ ਜੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦ ਦਾ ਬੰਦਾ ਸਿੰਘ ਲੋਹਗੜ੍ਹ ਛੱਡ ਕੇ ਗਿਆ, ਅਮੀਰਾਂ ਅਤੇ ਫੌਜ ਦੀ ਰੂਹ ਟਹਿਕ ਉੱਠੀ। ਅਮੀਰਾਂ ਨੂੰ ਹੁਣ ਮੌਜ ਮਸਤੀ ਕਰਨ ਦਾ ਚੰਗਾ ਸਮਾਂ ਲੱਭਾ। ਬਾਦਸ਼ਾਹ ਦਾ ਗੁੱਸਾ ਵੀ ਠੰਡਾ ਹੋ ਚੁੱਕਾ ਸੀ। ਬੰਦਾ ਸਿੰਘ ਦੀ ਕੋਈ ਦਸ ਧੁੱਖ ਤਾਂ ਪੈਂਦੀ ਨਹੀਂ ਸੀ। ਲਾਹੌਰ ਵੱਲ ਤੁਰਨ ਤੋਂ ਪਹਿਲਾਂ ਪਹਾੜ ਦੀ ਕੰਢੀ ਦੇ ਸ਼ਿਕਾਰ ਦਾ ਆਨੰਦ ਮਾਣਨ ਲੱਗੇ। ਇਹ ਸਮਝਦੇ ਸਨ ਕਿ ਬਲਾ ਗਲੋਂ ਲੱਥ ਗਈ ਹੈ ਅਤੇ ਹੁਣ ਮੌਜਾਂ ਮਾਣੋ। ਪਰ ਬੰਦਾ ਸਿੰਘ ਐਸੀ ਬਲਾ ਨਹੀਂ ਸੀ ਜੋ ਮੁਗਲ ਸ਼ਾਹੀ ਦੀਆਂ ਜੜ੍ਹਾਂ ਹਿਲਾਏ ਬਿਨਾਂ ਹੀ ਬਾਦਸ਼ਾਹ ਦਾ ਪਿੱਛਾ ਛੱਡ ਜਾਂਦਾ। ਪਹਾੜੀ ਰਾਜਿਆਂ ਨੂੰ ਕਲਗੀ ਧਰ ਨਾਲ ਅਕਾਰਨ ਵੈਰ ਕਮਾਉਣ ਲਈ ਕਰਨੀ ਦਾ ਫਲ ਭੁਗਤਾ ਕੇ ਪਹਾੜਾਂ ਵਿੱਚ ਦੀ ਹੁੰਦਾ ਹੋਇਆ ਪਠਾਨਕੋਟ ਲਾਗੋਂ ਰਾਏਪੁਰ ਅਤੇ ਬਹਿਰਾਮਪੁਰ ਗਿਰਦੇ ਆਣ ਸਿਰ ਕੱਢਿਆ। ਬਾਦਸ਼ਾਹ ਅਜੇ ਸਡੌਰੇ ਦੇ ਲਾਗੇ ਬੰਨੇ ਹੀ ਪਿਆ ਸੀ ਕਿ ਬੰਦਾ ਸਿੰਘ ਨੇ ਇੱਧਰ ਆਣ ਪੰਜਾ ਮਾਰਿਆ, ਤਕੜੀ ਕਾਮਯਾਬੀ ਪ੍ਰਾਪਤ ਕੀਤੀ। ਉਸ ਵੇਲੇ ਇਹ ਇਲਾਕਾ ਜੰਮੂ ਦੀ ਅਮਲਦਾਰੀ ਵਿੱਚ ਸੀ। ਬਜੀਦ ਖਾਂ ਕਸੂਰੀਆ ਇੱਥੋਂ ਦਾ ਫੌਜਦਾਰ ਸੀ। ਜਿਸ ਵੇਲੇ ਸ਼ਾਹੀ ਫੌਜ ਨੇ ਸਡੌਰੇ ਡੇਰੇ ਲਾਏ ਤਾਂ ਇਹ ਸਿੱਧਾ ਹੀ ਇਸ ਇਲਾਕੇ ਵੱਲ ਆ ਗਿਆ। ਇਸ ਦਾ ਭਤੀਜਾ ਸ਼ਮਸ ਖਾਨ ਸਰਹੰਦ ਮਾਰਨ ਦੇ ਕਸੂਰ ਵਿੱਚ ਬਾਦਸ਼ਾਹ ਵੱਲੋਂ ਜਲੰਧਰ ਬਜਵਾੜੇ ਦੀ ਫੌਜਦਾਰੀ ਤੋਂ ਬਰਖਾਸਤ ਕੀਤਾ ਗਿਆ ਸੀ। ਇਹ ਇੰਨੀ ਦਿਨੀ ਹੱਥਲ ਹੋਇਆ ਫਿਰਦਾ ਸੀ। ਬੇਕਾਰੀ ਦੀ ਹਾਲਤ ਵਿੱਚ ਹੋਣ ਕਰਕੇ ਆਪਣੇ ਚਾਚੇ ਪਾਸ ਹੀ ਆ ਗਿਆ। ਜਿਸ ਵੇਲੇ ਬੰਦਾ ਸਿੰਘ ਪਠਾਨਕੋਟ ਆਇਆ, ਬਜੀਦ ਖਾਂ ਰਾਏਪੁਰ ਵਿੱਚ ਰਹਿੰਦਾ ਸੀ। ਬਹਿਰਾਮਪੁਰ ਅਤੇ ਰਾਏਪੁਰ ਦੀ ਜੰਗ। ਇੱਕ ਦਿਨ ਬਜੀਦ ਖਾਨ ਸ਼ਮਸ ਖਾਨ ਅਤੇ ਸ਼ਮਸ ਖਾਨ ਦਾ ਭਣਵਈਆ ਸ਼ਹਿਜ਼ਾਦ ਖਾਨ ਫੌਜ ਲੈ ਕੇ ਰਾਏਪੁਰੋਂ 1600 ਉੱਤਰ ਵੱਲ ਝੁਕਦੇ ਹੋਏ ਪੱਛਮ ਵਾਲੇ ਪਾਸੇ ਵੱਲ ਕਿਸੇ ਸਰਕਾਰੀ ਕੰਮ ਗਏ ਹੋਏ ਸਨ। ਬਜੀਦ ਖਾਨ ਨੂੰ ਇੱਥੇ ਖਬਰਾਂ ਮਿਲੀਆਂ ਕਿ ਰਾਏਪੁਰ ਬਹਿਰਾਮਪੁਰ ਪਾਸ ਬੰਦਾ ਸਿੰਘ ਨੇ ਸਿਰ ਆ ਕੱਢਿਆ ਹੈ। ਇਹ ਗੱਲ ਸੁਣਦਿਆਂ ਹੀ ਬਜੀਦ ਖਾਨ ਨੇ ਸ਼ਮਸ ਖਾਨ ਦੇ ਭਣਵਈਏ ਸਹਿਦਾਦ ਖਾਨ ਨੂੰ 1500 ਸਵਾਰ ਦੇ ਕੇ ਰਾਏਪੁਰ ਵੱਲ ਤੁਰੰਤ ਰਵਾਨਾ ਕਰ ਦਿੱਤਾ ਕਿ ਉੱਥੋਂ ਦੀ ਰਾਖੀ ਕਰੇ ਅਤੇ ਜੇਕਰ ਬੰਦਾ ਸਿੰਘ ਆਣ ਪਵੇ ਤਾਂ ਤਕੜਾ ਹੋ ਕੇ ਉਸਦਾ ਟਾਕਰਾ ਕਰੇ। ਇਹ ਤਾਂ ਬੜਾ ਕਾਹਲੀ ਨਾਲ ਰਾਏਪੁਰ ਪੁੱਜਾ ਅਤੇ ਜਾਂਦਿਆਂ ਆਪਣੀ ਪੂਰੀ ਤਿਆਰੀ ਕਰ ਲਈ। ਪਰ ਬਜੀਦ ਖਾਨ ਅਤੇ ਸ਼ਮਸ ਖਾਨ ਬਾਕੀ ਦੇ 900 ਸਵਾਰਾਂ ਨੂੰ ਨਾਲ ਲੈ ਕੇ ਹੌਲੀ ਹੌਲੀ ਆਪਣੀ ਮਨਮਰਜ਼ੀ ਦੀ ਚਾਲੇ ਆਏ। ਉਹਨਾਂ ਨੂੰ ਇਹ ਸੀ ਕਿ ਬੰਦੇ ਦੀ ਸ਼ਕਤੀ ਟੁੱਟ ਚੁੱਕੀ ਹੈ। ਜੋ ਥੋੜ੍ਹੇ ਬਹੁਤ ਆਦਮੀ ਉਸ ਨਾਲ ਹੋਣਗੇ ਉਹਨਾਂ ਲਈ ਸ਼ਹਿਦਾਦ ਖਾਨ ਹੀ ਕਾਫੀ ਹੈ। ਜਦ ਇਸ ਤਰ੍ਹਾਂ ਆਹਿਸਤਾ ਆਹਿਸਤਾ ਚੱਲਦੇ ਹੋਏ ਅੱਧ ਰਾਹ ਅਪੜੇ ਤਾਂ ਉਹਨਾਂ ਦਾ ਸ਼ਿਕਾਰ ਖੇਡਣ ਨੂੰ ਮਨ ਕਰ ਆਇਆ। ਸ਼ਿਕਾਰ ਕਾਫੀ ਹੋਣ ਕਰਕੇ ਉੱਥੇ ਹੀ ਡੇਰੇ ਲਾ ਦਿੱਤੇ। ਇਸ ਮਨ ਪਰਚਾਵੇ ਵਿੱਚ ਅਜੇ ਰੁੱਝੇ ਹੀ ਸਨ ਕਿ ਖਬਰ ਆਈ ਕਿ ਸਿੰਘ ਤਾਂ ਬਹੁਤ ਨੇੜੇ ਆਣ ਟੁੱਕੇ ਹਨ, ਸੰਭਵ ਹੈ ਡੇਰਾ ਹੀ ਲੁੱਟ ਲੈਣ। ਇਹ ਸੁਣਦਿਆਂ ਹੀ ਸ਼ਿਕਾਰ ਦਾ ਸ਼ੌਕ ਹਵਾ ਹੋ ਗਿਆ। ਛੇਤੀ ਨਾਲ ਡੇਰੇ ਵੱਲ ਆ ਕੇ ਸਭ ਸਵਾਰ ਤਿਆਰ ਕਰ ਲਏ। ਕੁਤਬਦੀਨ ਖਾਂ ਪੇਸ਼ ਗਈ ਜਾਨੀ ਕਿ ਬਜੀਦ ਖਾਂ ਨੇ ਸਿੱਖਾਂ ਨਾਲ ਹੋ ਚੁੱਕੀਆਂ ਟੱਕਰਾਂ ਵਿੱਚ ਸਿੰਘਾਂ ਦੇ ਹੱਥ ਵੇਖੇ ਸਨ। ਲੜਾਈ ਵਿੱਚ ਇਹਨਾਂ ਦਾ ਕਿੰਨਾ ਕੁ ਦਮ ਹੈ ਅਤੇ ਕੀ ਕੁਝ ਕਰ ਗੁਜ਼ਰਨ ਦੇ ਸਮਰੱਥ ਹਨ, ਉਸ ਨੂੰ ਇਸ ਬਾਰੇ ਪੂਰਾ ਤਜਰਬਾ ਸੀ। ਇਹੋ ਸਬੱਬ ਸੀ ਕਿ ਉਹ ਪਾਣੀਪਤ ਬੈਠਾ ਰਿਹਾ ਸੀ। ਪਰ ਸ਼ਮਸ਼ ਖਾਂ ਚੜ੍ਹਦੀ ਜਵਾਨੀ ਦੇ ਜ਼ੋਰ ਅਤੇ ਜੋਸ਼ ਕਾਰਨ ਜ਼ਰਾ ਤੁੰਦ ਮਿਜਾਜ ਸੀ ਅਤੇ ਕਿਸੇ ਨੂੰ ਪੱਲੇ ਨਹੀਂ ਸੀ ਬੰਨਦਾ। ਸਰਹੰਦ ਮਾਰ ਕੇ ਉਹ ਸਮਝ ਬੈਠਾ ਸੀ ਕਿ ਸਿੰਘਾਂ ਨੂੰ ਲੜਾਈ ਵਿੱਚ ਭਜਾ ਦੇਣਾ ਕੋਈ ਔਖੀ ਗੱਲ ਨਹੀਂ, ਸਿਰਫ ਉਹਦੇ ਜ਼ਰਾ ਸਾਹਮਣੇ ਹੋਣ ਦੀ ਹੀ ਦੇਰ ਹੈ, ਸਿੰਘਾਂ ਵੇਂਹਦਿਆਂ ਹੀ ਹਰਨ ਹੋ ਜਾਣਾ ਹੈ। ਚਾਚੇ ਨੂੰ ਦਲੇਰੀਆਂ ਦੇਵੇ ਕਿ ਵੇਂਹਦੇ ਚਲੋ, ਅੱਜ ਅੱਲਾ ਮੀਆਂ ਕੀ ਰੰਗ ਵਿਖਾਉਂਦਾ ਹੈ। ਕੁਤਬਦੀਨ ਖਾਂ ਨੇ ਤਾਂ ਬੜਾ ਜ਼ੋਰ ਲਾਇਆ ਕਿ ਰਾਏਪੁਰ ਚੱਲ ਕੇ ਸਾਰੀ ਫੌਜ ਇਕੱਠੀ ਕਰੀਏ ਅਤੇ ਤੋਪਖਾਨਾ ਨਾਲ ਲੈ ਕੇ ਬੰਦੇ ਉੱਤੇ ਪਈਏ, ਤਿੰਨਾਂ ਪਾਸਿਆਂ ਤੋਂ ਘੇਰਾ ਘੱਤੀਏ ਅਤੇ ਅੱਜ ਕਿਸੇ ਨੂੰ ਜਾਣ ਨਾ ਦਈਏ। ਪਰ ਸ਼ਮਸ ਖਾਂ ਕਹੇ ਕਿ ਰੱਬ ਨੇ ਮਸਾਂ ਢੋ ਢੁਕਾਇਆ ਹੈ, ਹੱਲਾ ਕਰਨ ਦਾ ਇਹੋ ਵੇਲਾ ਹੈ। ਰਾਏਪੁਰ ਅੱਪੜਦਿਆਂ ਤੀਕ
पता नहीं ये किधर दी किधर निकल जाण। इन्हां दी अजल घेर लियाई है, इन्हां नूं दोज़ख वल तोर के पिछली कसर कढ़ीए ते इंज इस्लाम दी सेवा नाल सवाब भी खटीए। कुतबदीन खां दी पेश ना गई, वह बथेरा रोक रहा, पर शमश खां ना ही मनिया अते 900 सवार अपने नाल लैके सिंघां वल वधिया। जदों उन्हां दे पास पुजा तां अजे गोली भी नहीं दागी सी कि सिंघ वेंदिया सार हरन हो गए। लड़ाई वेले इंज अगे लग के भज जाना असल विच सिंघां दा एक हथ कंडा भाव रणनीति सी, जो आप नालों बहुती गिणती वेले वह वरतदे ते जदे दा फब जांदा तां मगर पैण वाला सीधा मौत दे मूँह विच धक्या जांदा। कदी कोई परत के दसना आया कि उन्हां नाल की बीती। उंज सब लिखारी सिंघां दे इस तरह भज जाण नूं उन्हां दी भांज ही लिखदे रहे हन, पर असल विच सारिआं ने भुल कीती है। सिंघां दे लड़न ढंग दे असल भाव नूं कुझ क तहमास खां मसकीन ने ते चंगी तरह काजी नूर मुहम्मद ने ही समझिआ है, जो अहमद शाह अब्दाली दे नाल उस दी इस मुहिम विच शामिल होया सी, जो उसने सिखां दा खुरा खोज मिटा देण लई 1765 ईस्वी विच आरंभी सी ते सिंघां नाल बिस्त दुआब विच उस दीआं 7 लड़ाइयां होईआं सन, ते उह इह सब युद्ध अखीं वेख के गिआ सी। उह अपनी किताब जंगनामे विच इन्हां युद्धां दा वेरवा दिंदा होया सिंघां दे लड़न ढंग बारे लिखदा है अते अफगान ते बलोच सूरमियां नूं समझाउणी दिंदा है। सिंघ लड़दे लड़दे एकाएक ही भज निकलदे हन, पर इस नूं उन्हां दी भांज नहीं समझणा चाहीदा, क्योंकि जद कदी किसी ने इन्हां दा पिछा कीता तां 2-4 कोह दी बेथ ते जा के उस नूं अपनी भुल दा पता लग गया, वह वापस जिउंदा नहीं परतिया। जद सिंघ वेखदे हन कि बाकी फौज नालों उन्हां दे पिछे लगा दस्ता अड हो गया ते काफ़ी दूर निकल आया है, तां उसे फुरती नाल सारे पलट के इकट्ठे हो जाते हैं जिस फुरती नाल नठ के खिंडे सन। ये सिंघां नूं मारन आए उन्हां दे नगरे विच आ जाते हैं, तीर गोलियां निजे टेकां नाल कीमा बना के धर देंदे हन। इस हालत विच पिछा करन वाले दस्ते दा कदी कोई आदमी बचिया है? अपनी इस गल की प्रोड़ता लई काजी नूर मुहम्मद ने इस अखी डिठी लड़ाई का हवाला चंगा वर्णन किया है, जिस विच सिंघ पहला तो भज निकले पर मगरों पिछा करन वाले दस्ते नूं फा लिया। काजी अपने अफगान बलोच पाठकां नूं तबीह करता है कि इंज भांज जाहर करके नसे सिंघां मगर भुल के भी ना पैना। मैं दोबारा पक्की करदा हाँ कि उन्हां दी इस फाई तों बचियो बचियो। अहमद शाह अब्दाली ने सिंघां नाल लड़दिआं काफ़ी कुछ सीख लिया सी। इहो कारण सी कि उह सिंघां नाल हर जंग विच अपने अफसरां नूं पक्का हुक्म दे दिंदा सी कि सिंघां दी भांज विच उन्हां दे पिछे नहीं पैणा, बल्कि अपने पैरां ते ही कायम खड़ी रहना है। वह इसे विच अपना बचा समझदा सी। बस ऐसी ही भांज सी जो सिंघां ने शमश खां हथों खाधी। वह एकाएक उस दे अगे लग के भज उठे। शमश खां ने इसका असली भाव ना समझिया, उसनूं जोश ते जनून चढ़िया होया सी, मौका ना संभाल सकिया ते बराबर पिछे लग गया। वजीद खां ने बथेरा आखिया कि अल्लाह की मेहरबानी हुई है ते आपां नूं जित दी पल दित्ती है, इसनूं अपनी खुश नसीबी समझ के अपनी फौज इकट्ठी करिए ते फिर मगर जाइए। पर शमश खां ने जवानी ते हंकार दे कारण एक ना सुनी ते वाग ना मोड़ी। सिंघ अपने दा ते ऐसी चाले जांदे सन कि जो ना तां मद्दम सी कि शमश खां सिर उत्ते ही आण पैंदा ते ना ही ऐसी तेजी सी कि वह मायूस हो के पिछा करना छड के वापस मुड़ जांदा। दोहां पासिआं दा बचाओ करदे होए उसनूं मगर लाई वधे जा रहे सन ते हर दम अपने दा भरन दी ताड़ विच सन। शमश खान अन्ने वाह के सिख दमों कढ ले हन, सहले ही मार लेने हन, दित्ती टक मगर लगा आ रहा सी। जद सिंघां वेखिया कि शमश खान ते कुतब खान नाल हुण थोड़े ही सिपाही रह गए हन ते एकाएक ही खड़ो गए
ते मुड़दे सारी फौज उत्ते टुट पए। सब तो पहला तलवारां नाल टकरे ते काफ़ी देर तक लोहे ते लोहा खड़कदा रहा। बड़ी गहगच लड़ाई हुई, दोहां धिरां विचों घट तां कोई भी नहीं सी जो बुजदली विखा के मैदान दूजे लई खाली छड़ जांदा। उंज भावें हौली हौली सारा 900 सवार ही लड़ाई वाली थां आण इकट्ठा होया सी, पर जो जोर एक वारी इन्नी फौज दा पैणा सी उह भला हुण किवें पै सकदा सी। बहुत सख्त लड़ाई हुई, हाथ तलवारां वाहुंदिआं दे थक गए, तलवारां भुंजे डिग पईआं ते हथों पाई होण लगी। शमस खां ते कुतब खां दोवें अड अड हाथियां ते सवार सन ते सिंघां नूं अपने सामने वेख के कस कस तीर मार रहे सन। सिंघां दा भी हंडे शिकारी वांग ध्यान इन्हां दोहां वल ही सी, इसे लई अपने आप नूं खतरे विच पा के इन्हां वल ही वधण दी कोशिश करदे सन। हुण कुछ मनचले सिंघ इन्हां हाथियां दे बिल्कुल पास पुज गए। इन्हां दे साथियां ने बड़ा तान लाया कि इन्हां नूं हाथियां लागों परां तक दईए, पर काबू आए शिकार नूं सिंघ किवें छड्डण। बड़ी भारी गुथम गुथा ते लहू बीटवीं लड़ाई होई ते सिंघ बिल्कुल हाथियां पास आण पुजे। शमश खां तां मारिया गया ते कुतबदीन खान बुरी तरह जख्मी होया ते बेहोश होके डिग पिया। पठान जित तो तां निराश हो ही गए सन। हुण उन्हां नूं इह वी आस नहीं सी कि इत्थों जिउंदे मुड़ांगे वी कि नहीं। लड़ाई दा रंग कुछ इहो जिहा बज्जा कि पठान सरदारां दे हाथियां नाल बहुत थोड़े आदमी रह गए। लड़ाई दी खेड इहो जिही बन गई। हाथियां नूं कदी सिंघ जोर दे के हिक के लै जांदे ते कदी पठान हल्ला करके खो लैंदे। सरदारां दीआं लोथां वैरी दे घोड़ियां दे पौड़ां हेठ रुलण लई छड्ड जाणा बड़ी नमोशी दी गल सी। ਉਹ ਕੀ ਮੂੰਹ ਲੈ ਕੇ ਵਾਪਸ ਮੁੜਨਗੇ। ਇਹ ਹਾਰੇ ਹੋਏ ਪਠਾਨ ਮੈਦਾਨ ਤੋਂ ਭੱਜ ਨਹੀਂ ਸਕਦੇ। ਸਰਦਾਰ ਤਾਂ ਮਾਰੇ ਗਏ ਸਨ ਤੇ ਇਹਨਾਂ ਨੂੰ ਸੁੱਝਦਾ ਨਹੀਂ ਸੀ ਕਿ ਇਹਨਾਂ ਦਾ ਛੁਟਕਾਰਾ ਕਿਸ ਵਿਧ ਹੋਏਗਾ, ਮੋਇਆਂ ਦਾ ਜਾਂ ਜਿਉਂਦਿਆਂ ਦਾ। ਪਠਾਣਾ ਆਪਣੀ ਜ਼ਿੰਦਗੀ ਦੀ ਝਾਕ ਲਾ ਦਿੱਤੀ ਸੀ। ਕੁਤਬ ਖਾਨ ਨੇ ਸ਼ਹਿਦਾਦ ਖਾਨ ਨੂੰ 1500 ਸਵਾਰ ਦੇ ਕੇ ਪਹਿਲਾਂ ਹੀ ਰਾਏਪੁਰ ਪਹੁੰਚ ਕੇ ਉਸ ਦੀ ਹਿਫਾਜ਼ਤ ਦਾ ਬੰਦੋਬਸਤ ਕਰਨ ਲਈ ਤੋਰਿਆ ਸੀ। ਉਹ ਇੱਥੇ ਪਹੁੰਚ ਕੇ ਸਾਰੀ ਤਿਆਰੀ ਕਰਕੇ ਸੋਚਣ ਲੱਗਾ ਕਿ ਇੰਨੇ ਚਿਰ ਵਿੱਚ ਤਾਂ ਕੁਤਬ ਖਾਂ ਵੀ ਆਉਣ ਵਾਲਾ ਹੋਵੇਗਾ, ਸੋ ਆਪਣੇ ਸਵਾਰ ਲੈ ਕੇ ਉਸ ਦੀ ਅਗਵਾਈ ਲਈ ਸ਼ਹਿਰੋਂ ਬਾਹਰ ਨਿਕਲਿਆ। ਕੁਝ ਫਾਸਲੇ 'ਤੇ ਜਾ ਕੇ ਪਤਾ ਲੱਗਾ ਕਿ ਉਹਨਾਂ ਦਾ ਸਿੰਘਾਂ ਨਾਲ ਟਾਕਰਾ ਹੋ ਪਿਆ ਹੈ। ਇਹ ਸੁਣਦਿਆਂ ਸ਼ਹਿਦਾਦ ਖਾਂ ਸਾਰੀ ਫੌਜ ਲੈ ਕੇ ਉੱਧਰ ਵੱਲ ਨੱਠ ਤੁਰਿਆ। ਜਿਸ ਵੇਲੇ ਉੱਥੇ ਅਪੜਿਆ ਤਾਂ ਦੋਵੇਂ ਸਰਦਾਰ ਧਰਤੀ 'ਤੇ ਡਿੱਗ ਚੁੱਕੇ ਸਨ ਤੇ ਪਠਾਨ ਆਪਣੀਆਂ ਸਰਦਾਰਾਂ ਦੀਆਂ ਲਾਸ਼ਾਂ ਖਾਤਰ ਲਹੂ ਡੋਲ ਰਹੇ ਸਨ। ਜੇ ਸ਼ਹਿਦਾਦ ਖਾਂ ਸਮੇਂ ਸਿਰ ਨਾ ਪਹੁੰਚ ਗਿਆ ਹੁੰਦਾ ਤਾਂ ਸਾਰੇ ਬਚੇ ਪਠਾਨ ਥਾਂ 'ਤੇ ਹੀ ਰਹਿ ਜਾਂਦੇ। ਸਿੰਘਾਂ ਨੇ ਸ਼ਹਿਦਾਦ ਖਾਂ ਦੀ ਫੌਜ ਵੇਖਦੇ ਹੀ ਵਾਗਾਂ ਮੋੜੀਆਂ ਤੇ ਉਸ ਵੇਲੇ ਇੱਕ ਪਾਸੇ ਨੂੰ ਭੱਜ ਉੱਠੇ ਕਿ ਚਾਲ ਉਹੋ ਹੀ ਰੱਖੀ ਤਾਂ ਕਿ ਸ਼ਹਿਦਾਦ ਖਾਂ ਵੀ ਜੋਸ਼ ਵਿੱਚ ਉਹਨਾਂ ਦੇ ਮਗਰ ਲੱਗ ਪਵੇ ਤੇ ਥੋੜ੍ਹਾ ਜਿਹਾ ਦੂਰ ਲੈ ਜਾ ਕੇ ਉਸ ਨੂੰ ਵੀ ਸਰਦਾਰਾਂ ਪਾਸ ਪਹੁੰਚਾ ਦਿੱਤਾ ਜਾਵੇ। ਪਰ ਮਾਲੂਮ ਹੁੰਦਾ ਹੈ ਕਿ ਪਠਾਣਾ ਨੂੰ ਹੁਣ ਮਤ ਆ ਚੁੱਕੀ ਸੀ ਕਿ ਇੰਜ ਭਾਂਜ ਖਾ ਭੱਜੇ ਸਿੰਘਾਂ ਦੇ ਮਗਰ ਪੈਣਾ ਕਿੰਨਾ ਕੁ ਮਹਿੰਗਾ ਪੈਂਦਾ ਹੈ। ਜਾਨ ਹਰ ਕਿਸੇ ਨੂੰ ਪਿਆਰੀ ਹੁੰਦੀ ਹੈ, ਸੋ ਸ਼ਹਿਦਾਦ ਖਾਂ ਨੇ ਪਿੱਛਾ ਤਾਂ ਕੀ ਕਰਨਾ ਸੀ, ਉਸ ਨੇ ਸਿੰਘਾਂ ਤੋਂ ਜਾਨ ਬਚਾ ਕੇ ਰਾਏਪੁਰ ਪਹੁੰਚ ਜਾਣ ਵਿੱਚ ਹੀ ਆਪਣੀ ਜਿੱਤ ਸਮਝੀ। ਔਖਾ ਸੌਖਾ ਦੋਹਾਂ ਸਰਦਾਰਾਂ ਦੀਆਂ ਲਾਸ਼ਾਂ ਨੂੰ ਮੈਦਾਨ 'ਚੋਂ ਚੁੱਕ ਲਿਆਇਆ। ਸ਼ਮਸ਼ ਖਾਂ ਤਾਂ ਥਾਂ 'ਤੇ ਹੀ ਮਰ ਗਿਆ ਸੀ। ਕੁਤਬ ਖਾਂ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਰਾਏਪੁਰ ਲਿਆਂਦਾ ਗਿਆ। ਉਹ ਵੀ ਬਹੁਤੀ ਦੇਰ ਜਿਉ ਨਾ ਸਕਿਆ, ਲੜਾਈ ਤੋਂ ਤੀਜੇ ਦਿਨ ਰਾਏਪੁਰ ਹੀ ਮਰ ਗਿਆ। ਇਹਨਾਂ ਦੋਹਾਂ ਦੀਆਂ ਲਾਸ਼ਾਂ ਇਹਨਾਂ ਦੇ ਜੱਦੀ ਸ਼ਹਿਰ ਕਸੂਰ ਭੇਜੀਆਂ ਗਈਆਂ, ਉੱਥੇ ਹੀ ਇਹ ਦੱਬੇ ਗਏ। ਕੁਤਬ ਖਾਂ ਦਾ ਸਾਰਾ ਡੇਰਾ ਅਤੇ ਅਸਬਾਬ ਆਦਿ ਸਿੰਘਾਂ ਦੇ ਹੱਥ ਲੱਗਾ। ਰਾਏਪੁਰ ਅਤੇ ਬਹਿਰਾਮਪੁਰ ਸਿੰਘਾਂ ਲੁੱਟ ਪੁੱਟ ਕੇ ਬਰਬਾਦ ਕਰ ਦਿੱਤੇ। ਹੁਣ ਬੰਦਾ ਸਿੰਘ ਨੇ ਬਟਾਲੇ ਅਤੇ ਕਲਾਨੌਰ ਵੱਲ ਵਾਗਾਂ ਮੋੜੀਆਂ। ਜਦ ਆਲੇ ਦੁਆਲੇ ਦੇ ਪਿੰਡਾਂ ਕਸਬਿਆਂ ਨੇ ਇਹ ਖਬਰ ਸੁਣੀ ਕਿ ਸਿੰਘਾਂ ਫੌਜਦਾਰ ਮਾਰ ਦਿੱਤਾ ਹੈ ਅਤੇ ਬੰਦਾ ਸਿੰਘ ਹੁਣ ਸਿੰਘਾਂ ਨਾਲ ਇਸ ਪਾਸੇ ਨੂੰ ਆ ਰਿਹਾ ਹੈ,
ਤਾਂ ਬਹੁਤ ਸਾਰੀ ਵਸੋਂ ਘਰ ਘਾਟ ਛੱਡ ਕੇ ਜਿੰਨਾ ਕੁ ਸਮਾਨ ਚੁੱਕ ਸਕੇ ਲੈ ਕੇ ਕੁਝ ਲਾਹੌਰ ਵੱਲ ਨੂੰ ਕੁਝ ਦੂਰ ਦੁਰਾਡੇ ਰਿਸ਼ਤੇਦਾਰਾਂ ਪਾਸ ਜਾ ਟਿਕੇ। ਬਟਾਲੇ ਦੀ ਜੰਗ। ਜਦ ਬੰਦਾ ਸਿੰਘ ਬਟਾਲੇ ਵੱਲ ਵਧਿਆ ਤਾਂ ਇੱਥੋਂ ਦਿਆਂ ਲੋਕਾਂ ਦੀਆਂ ਦੋ ਰਾਵਾਂ ਸਨ। ਇੱਕ ਧਿਰ ਦਾ ਆਗੂ ਮੁਹੰਮਦ ਫਜ਼ਲਦੀਨ ਕਾਦਰੀ ਜੋ ਥੋੜ੍ਹੀ ਦੇਰ ਤੋਂ ਬਟਾਲੇ ਆ ਟਿਕਿਆ ਸੀ ਅਤੇ ਇੱਕ ਮਦਰਸਾ ਅਤੇ ਖਾਨਗਾਹ ਕਾਇਮ ਕੀਤੀ ਸੀ ਦੀ ਰਾਏ ਸੀ ਕਿ ਆਪਣੇ ਟੱਬਰ ਟੀਰ ਅਤੇ ਕੀਮਤੀ ਸਮਾਨ ਲੈ ਕੇ ਬਟਾਲਾ ਛੱਡ ਜਾਣਾ ਚਾਹੁੰਦਾ ਹੈ। ਇਸ ਸਲਾਹ 'ਤੇ ਸਭ ਤੋਂ ਪਹਿਲਾਂ ਉਸਨੇ ਆਪ ਹੀ ਅਮਲ ਕੀਤਾ ਅਤੇ ਆਪਣੇ ਟੱਬਰ ਦੇ ਜੀਆਂ ਰਿਸ਼ਤੇਦਾਰਾਂ ਅਤੇ ਮੁਰੀਦ ਦਰਵੇਸ਼ਾਂ ਨੂੰ ਨਾਲ ਲੈ ਕੇ ਸੁਲਤਾਨਪੁਰ ਲੋਧੀ ਬਿਸਤ ਦੁਆਬ ਵਿਖੇ ਜਾ ਪਨਾਹ ਲਈ। ਦੂਜੇ ਧੜੇ ਦਾ ਮੋਹਰੀ ਸ਼ੇਖ ਅਹਿਮਦ ਜੋ ਸ਼ੇਖ ਉਲ ਹਿੰਦ ਦੀ ਉਪਾਧੀ ਨਾਲ ਪ੍ਰਸਿੱਧ ਸੀ ਅਤੇ ਆਪਣੇ ਪੈਰੋਕਾਰਾਂ ਨੂੰ ਉਕਸਾਇਆ ਕਿ ਸਿੱਖਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ, ਸੋ ਨਤੀਜੇ ਵਜੋਂ ਹੋਣ ਵਾਲੇ ਮੁਹਾਸਰੇ ਲਈ ਚੰਗੀ ਤਿਆਰੀ ਕਰਵਾ ਲਈ। ਰਾਏਪੁਰ ਬਹਿਰਾਮਪੁਰ ਵੱਲੋਂ ਹਟ ਕੇ ਬੰਦਾ ਸਿੰਘ ਬਟਾਲੇ ਤੋਂ ਚੜ੍ਹਦੇ ਵਿੱਚ ਦੋ ਕੋਹ ਦੇ ਫਾਸਲੇ 'ਤੇ ਅਚਲ ਦੇ ਤਲਾਅ ਦੇ ਕੰਢੇ ਆਣ ਉਤਰਿਆ। ਅਗਲੇ ਦਿਨ ਉਸਨੇ ਸ਼ਹਿਰ ਬਟਾਲੇ ਵੱਲ ਕੂਚ ਕੀਤਾ। ਆਮ ਬੱਸੋਂ ਨੇ ਤਾਂ ਘਰੀ ਵੜ ਕੇ ਪਨਾਹ ਲੈ ਲਈ ਅਤੇ ਸ਼ਹਿਰ ਦੇ ਦਰਵਾਜ਼ੇ ਵੀ ਬੰਦ ਕਰ ਲਏ। ਵੱਸੋਂ ਦੇ ਜਵਾਨ ਅਤੇ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਹਾਥੀ ਗੇਟੋਂ ਬਾਹਰ ਸ਼ੇਖ ਉਲ ਹਿੰਦ ਬੰਦਾ ਸਿੰਘ ਦਾ ਟਾਕਰਾ ਕਰਨ ਲਈ ਨਿਕਲ ਆਇਆ। ਅਚਲ ਵਾਲੇ ਰਾਹ 'ਤੇ ਆਣ ਪੈਂਤੜਾ ਲੈ ਕੇ ਹੱਥੋ ਹੱਥ ਨਿਬੜਨ ਲਈ ਡਟ ਗਏ, ਪਰ ਸਿੰਘਾਂ ਦੀ ਤੇਗ ਦੀ ਮਾਰ ਅੱਗੇ ਵਿਚਾਰੇ ਸ਼ੇਖ ਉਲ ਹਿੰਦ ਨੇ ਕੀ ਖੜੋ ਸਕਣਾ ਸੀ। ਮਾਮੂਲੀ ਝੜਪ ਪਿੱਛੋਂ ਸ਼ੇਖ ਮਾਰਿਆ ਗਿਆ। ਮੋਰਲੀਆਂ ਸਫ਼ਾਂ ਵਾਲੇ ਗਾਜੀ ਸਾਹਿਬ ਦੇ ਨਾਲ ਹੀ ਅਦਮ ਆਬਾਦ ਵੱਲ ਚਾਲੇ ਪਾ ਗਏ। ਜੋ ਪਿੱਛੇ ਸਨ ਪਿਛਲੇ ਪੈਰੀਂ ਭੱਜ ਕੇ ਸ਼ਹਿਰ ਵਿੱਚ ਜਾ ਵੜੇ ਅਤੇ ਗੇਟ ਬੰਦ ਕਰ ਲਏ। ਇਹ ਦਰਵਾਜ਼ੇ ਕਿਤੇ ਟੁੱਟਣੋਂ ਰਹਿ ਸਕਦੇ ਸਨ। ਬੰਦਾ ਸਿੰਘ ਦੇ ਹੁਕਮ ਦੀ ਦੇਰ ਸੀ। ਦਰਵਾਜ਼ੇ ਭੰਨ ਤੋੜ ਕੇ ਸਿੰਘ ਅੰਦਰ ਜਾ ਵੜੇ। ਸਭ ਤੋਂ ਪਹਿਲਾਂ ਕਾਜ਼ੀ ਅਬਦੁਲ ਹੱਕ ਦੇ ਘਰ ਨੂੰ ਅੱਗ ਲਾਈ ਅਤੇ ਫਿਰ ਉਸਦਾ ਮੁਹੱਲਾ ਸਾੜਿਆ। ਸੱਜਦ ਮੁਹੰਮਦ ਫਜ਼ਲਦੀਨ ਕਾਦਰੀ ਦਾ ਮਦਰਸਾ ਜੋ ਖਾਲੀ ਪਿਆ ਹੋਇਆ ਸੀ ਅਤੇ ਹੋਰ ਬੜੀਆਂ ਆਲੀਸ਼ਾਨ ਸ਼ਾਹੀ ਇਮਾਰਤਾਂ ਵੀ ਸੜ ਕੇ ਬਰਬਾਦ ਹੋ ਗਈਆਂ। ਬਟਾਲੇ ਦੀ ਸਫਾਈ ਸੁਧਾਈ ਪਿੱਛੋਂ ਬੰਦਾ ਸਿੰਘ ਦਾ ਇਰਾਦਾ ਸੀ ਕਿ ਲੱਗਦੇ ਹੱਥ ਲਾਹੌਰ ਮਾਰ ਲਿਆ ਜਾਵੇ, ਪਰ ਬੜੀ ਵੱਡੀ ਗਿਣਤੀ ਵਿੱਚ ਸ਼ਾਹੀ ਫੌਜਾਂ ਜੋ ਬਾਦਸ਼ਾਹ ਨੇ ਸਢੌਰਿਓਂ ਭੇਜੀਆਂ ਸਨ ਬੰਦਾ ਸਿੰਘ ਦੇ ਪਿੱਛੇ ਲਾਹੌਰ ਦੇ ਲਾਗੇ ਆ ਟੁੱਕੀਆਂ ਸਨ। ਬਾਦਸ਼ਾਹ ਮਗਰ ਆਪ ਆ ਰਿਹਾ ਸੀ ਅਤੇ 9 ਜੂਨ 1711 ਨੂੰ ਉਸਦਾ ਕੈਂਪ ਹੁਸ਼ਿਆਰਪੁਰ ਵਿਖੇ ਸੀ। ਬੰਦਾ ਸਿੰਘ ਨੇ ਹਾਲ ਦੀ ਘੜੀ ਲਾਹੌਰ ਦਾ ਖਿਆਲ ਛੱਡ ਦਿੱਤਾ ਅਤੇ ਰਾਵੀ ਟੱਪ ਕੇ ਰਚਨਾ ਦੁਆਬ ਵਿੱਚ ਦੀ ਹੁੰਦਾ ਹੋਇਆ ਜੰਮੂ ਵੱਲ ਨੂੰ ਹੋ ਤੁਰਿਆ। ਜਾਂਦਾ ਹੋਇਆ ਔਰੰਗਾਬਾਦ ਅਤੇ ਪਸਰੂਰ ਨੂੰ ਸੁੱਕ ਮਾਂਜ ਕਰ ਗਿਆ। ਜਦ ਬੰਦਾ ਸਿੰਘ ਨੇ ਪਹਾੜਾਂ ਤੋਂ ਉੱਤਰ ਕੇ ਰਾਏਪੁਰ ਅਤੇ ਬਹਿਰਾਮਪੁਰ ਨੂੰ ਸੋਧਿਆ ਤਾਂ ਇਸ ਦੀ ਖਬਰ ਕੁਝ ਦਿਨਾਂ ਵਿੱਚ ਹੀ ਬਾਦਸ਼ਾਹ ਨੂੰ ਮਿਲ ਗਈ, ਜੋ ਅਜੇ ਤੀਕ ਸਢੌਰੇ ਗਿਰਦੇ ਸ਼ਿਕਾਰ ਦਾ ਸ਼ੌਂਕ ਪੂਰਾ ਕਰਦਾ ਹੋਇਆ ਮੌਜ ਮੇਲਾ ਮਨਾ ਰਿਹਾ ਸੀ। ਉਸੇ ਵੇਲੇ ਹੁਕਮ ਦਿੱਤਾ ਕਿ ਮੁਹੰਮਦ ਅਮੀਨ ਖਾਂ ਬਹਾਦਰ ਅਤੇ ਰੁਸਤਮ ਦਿਲ ਖਾਨ ਆਦਿ ਸਰਦਾਰ ਬੰਦੇ ਦਾ ਪਿੱਛਾ ਕਰਨ ਅਤੇ ਜਿਸ ਤਰ੍ਹਾਂ ਵੀ ਹੋ ਸਕੇ ਉਸ ਨੂੰ ਜਿਉਂਦਾ ਜਾਂ ਮੋਇਆ ਫੜ ਕੇ ਬਾਦਸ਼ਾਹ ਦੇ ਹਜ਼ੂਰ ਲੈ ਆਉਣ। ਹੁਕਮ ਪਾ ਕੇ ਇਹ ਸਰਦਾਰ ਬੜੀ ਤੇਜ਼ੀ ਨਾਲ ਮੰਜ਼ਲਾਂ ਤੈਅ ਕਰਦੇ ਹੋਏ ਰਾਏਪੁਰ ਪੁੱਜੇ ਅਤੇ ਸੂਈਏ ਮੁਖਬਰ ਛੱਡ ਕੇ ਲੱਗੇ ਬੰਦੇ ਦੀ ਸੂਹ ਕੱਢਣ। ਸਰਦਾਰਾਂ ਨੂੰ ਪਤਾ ਲੱਗਾ ਕਿ ਬੰਦਾ ਸਿੰਘ ਬਹੁਤੀ ਦੂਰ ਨਹੀਂ, ਲਾਗੇ ਛਾਗੇ ਹੀ ਰਹਿੰਦਾ ਹੈ ਅਤੇ ਆਸ ਪਾਸ ਦੇ ਇਲਾਕਿਆਂ ਦੀ ਲੁੱਟ ਮਾਰ ਕਰਦਾ ਫਿਰਦਾ ਹੈ। ਇਹ ਸੁਣ ਕੇ ਇਹ ਸਰਦਾਰ ਉਸਦੇ ਮਗਰ ਲੱਗੇ ਅਤੇ ਕੋਸ਼ਿਸ਼ ਇਹ ਕੀਤੀ ਕਿ ਬੰਦਾ ਸਿੰਘ ਨੂੰ ਅੱਗੇ ਅੱਗੇ ਤੋਰੀ ਚੱਲੀਏ ਅਤੇ ਬਿਨਾਂ ਲੜਾਈ ਤੋਂ ਹੀ ਉਸ ਨੂੰ ਦੇਸੋਂ ਕੱਢ ਦਈਏ। ਦੋ ਦੋ ਕੋਹ ਦੀ ਵਿੱਥ ਪਾਈ ਇਹ ਸ਼ਾਹੀ ਸਰਦਾਰ ਬੰਦਾ ਸਿੰਘ ਦੇ ਪਿੱਛੇ ਤੁਰੇ ਜਾਂਦੇ ਸਨ, ਪਰ ਇੰਨੀ ਹਿੰਮਤ ਨਹੀਂ ਸੀ ਪੈਂਦੀ ਕਿ ਉਸ ਨਾਲ ਲੜੀਏ ਜਾਂ ਜਿਉਂਦੇ ਨੂੰ ਫੜ ਲਈਏ। ਸਾਰਿਆਂ ਨੂੰ ਇਸ ਗੱਲ ਦਾ ਨਿਸ਼ਚਾ ਸੀ ਕਿ ਬੰਦਾ ਸਿੰਘ ਬੜਾ ਹੀ ਜਾਦੂਗਰ ਹੈ, ਇਸ ਲਈ ਸਰਦਾਰ ਧਾ ਕੇ ਉਸਦੇ ਗੱਲ ਪੈਣੋਂ ਤ੍ਰਪਕਦੇ ਸਨ। ਉਹਨਾਂ ਦੇ ਮਨਾਂ ਵਿੱਚ ਡਰ ਘਰ ਕਰੀ ਬੈਠਾ ਸੀ ਕਿ ਜੋ ਜੋ ਸਰਦਾਰ ਬੰਦਾ ਸਿੰਘ ਨਾਲ ਲੜਿਆ ਉਹ ਥੋੜ੍ਹੇ ਦਿਨ ਹੀ ਜੀਵਿਆ, ਇਸ ਤਰ੍ਹਾਂ ਅਸੀਂ ਵੀ
इस नाल मत्था ला के किते अजाई ही मौत दे मूँह विच ना जा पईए। ये ख्याल सी जिस करके शाही सेना वाले सरदार उसनू हाथ नहीं सन पाउंदे। वह बंदा सिंह दे पिछे पिछे सिर्फ शाही हुक्म की पूर्ति लई जा रहे सन, भाव हुक्म की तकमील भी हो जाए ते जान भी बची रवे। भूरियां वाले राजे कीते भाग दसवां प्रिंसीपल सवर्ण सिंह चूसलेवाड़, आवाज भाई गुरजंट सिंह रूपवाली। वाहिगुरु जी का खालसा, वाहिगुरु जी की फतेह।